ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁੱਖ ਸੇਵਾਦਾਰ ਗਿਆਨੀ ਇਕਬਾਲ ਸਿੰਘ ਜੀ ਐਨ ਆਰ ਆਈ ਅਤੇ ਨਗਰ ਨਿਵਾਸੀਆਂ ਤੋਂ ਇਲਾਵਾ ਇਲਾਕੇ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਸੰਤ ਗਿਆਨੀ ਗੱਜਣ ਸਿੰਘ ਜੀ ਦੀ 46ਵੀਂ ਅਤੇ ਸੰਤ ਬਾਬਾ ਨਿਰਮਲ ਸਿੰਘ ਜੀ ਭਾਈ ਹਰਭਜਨ ਸਿੰਘ ਜੀ ਭਾਈ ਅਜੀਤ ਸਿੰਘ ਜੀ ਦੀ 29ਵੀਂ ਵਰ੍ਹੇਗੰਢ ਗੁਰਦੁਆਰਾ ਸਾਹਿਬ ਗੁਰਮਤ ਪ੍ਰਕਾਸ਼ ਪਿੰਡ ਤੁਗਲਵਕੇ ਬੜੀ ਸ਼ਰਧਾ ਤੇ ਧੂਮ-ਧਾਮ ਦੇ ਨਾਲ ਮਨਾਈ ਗਈ ਹੈ ਮਹਾਪੁਰਖਾਂ ਦੀ ਯਾਦ ਦੇ ਵਿੱਚ 14 ਜਨਵਰੀ ਤੋਂ ਚੱਲ ਰਹੀ ਸ੍ਰੀ ਅਖੰਡ ਪਾਤਸ਼ਾਹਬ ਦੀ ਲੜੀ ਦੀ ਅੰਮ੍ਰਿਤ ਵੇਲੇ ਭੋਗ ਪਾਏ ਗਏ ਇਸ ਤੋਂ ਉਪਰੰਤ ਦੀਵਾਨ ਸਜਾਏ ਗਏ ਜਿਸ ਦੇ ਵਿੱਚ ਸਿੰਘ ਸਹਿਬਾਨ ਪੰਥਕ ਜਥੇਬੰਦੀਆਂ ਦੇ ਆਗੂ ਸੰਤ ਮਹਾਪੁਰਖ ਗੁਣੀ ਗਿਆਨੀ ਰਾਗੀ ਢਾਡੀ ਕਵੀਸ਼ਰੀ ਅਤੇ ਗੁਰਮਤ ਵਿਚਾਰਾਤ ਕਥਾ ਕੀਰਤਨ ਤੇ ਗੁਰੂਆਂ ਦੇ ਇਤਿਹਾਸ ਦੇ ਨਾਲ ਜੋੜਿਆ ਗਿਆ ਇਸ ਮੌਕੇ ਦੇ ਉੱਤੇ ਮੁੱਖ ਸੇਵਾਦਾਰ ਗਿਆਨੀ ਇਕਬਾਲ ਸਿੰਘ ਜੀ ਨੇ ਕਿਹਾ ਕਿ ਸંત ਗਿਆਨੀ ਗੱਜਣ ਸਿੰਘ ਜੋ ਕਿ ਪਿੰਡ ਜਸਵਾਲ ਦੇ ਰਹਿਣ ਵਾਲੇ ਸਨ ਜਿਨ੍ਹਾਂ ਨੇ ਅਖੀਰਲੇ 3.5 ਸਾਲ ਪਿੰਡ ਤੁਗਲ ਵਿਖੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਸਵੇਰ ਸ਼ਾਮ ਕੀਰਤਨ ਅਤੇ ਪਿੰਡਾਂ ਦੇ ਵਿੱਚ ਵੀ ਸਿੱਖੀ ਦੇ ਪ੍ਰਚਾਰ ਤੋਂ ਇਲਾਵਾ ਸੰਗਤਾਂ ਨੂੰ ਅੰਮ੍ਰਿਤ ਸੰਚਾਰ ਕਰਵਾਉਂਦੇ ਸਨ ਜਿਨ੍ਹਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਸੇਵਾ ਬੱਚਿਆਂ ਨੂੰ ਗੁਰਬਾਣੀ ਦੀ ਸਿੱਖਿਆ ਅੱਜ ਵੀ ਲਗਾਤਾਰ ਜਾਰੀ ਹੈ ਅਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਸਿਰ ਤੋਂੜ ਯਤਨ ਕੀਤੇ ਜਾ ਰਹੇ ਨੇ ਉਹਨਾਂ ਕਹਿੰਦੇ ਕਿ ਇਸੇ ਸਥਾਨ ਦੇ ਉੱਤੇ ਕੁਝ ਸਮਾਂ ਪਹਿਲਾਂ ਨਵੇਂ ਦਰਬਾਰ ਸਾਹਿਬ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ ਆ ਜੋ ਕਿ ਐਨ ਆਰ ਆਈ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਪੂਰੀ ਹੋ ਚੁੱਕੀ ਆ ਜਿਸ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਉੱਤੇ ਕੀਤਾ ਜਾਵੇਗਾ ਇਹ ਵਰਸੀ ਆ ਬਾਬਾ ਗੁਰਵਚਨ ਸਿੰਘ ਜੀ ਖਾਲਸਾ ਪੰਡਰਾ ਵਾਲੇ ਉਹਨਾਂ ਤੋਂ ਪੜੇ ਹੋਏ ਉਹਨਾਂ ਤੋਂ ਬਰੋਸਾ ਆਏ ਸੰਤ ਬਾਬਾ ਗਜਨ ਸਿੰਘ ਜੀ ਜਿਨ੍ਹਾਂ ਦਾ ਪਿੰਡ ਜਸੋਵਾਲ ਸੀ ਔਰ ਅਖੀਲੇ 3.5 ਸਾਲ ਇੱਥੇ ਉਹਨਾਂ ਨੇ ਰਹਿ ਕਰਕੇ ਸਿੱਖੀ ਦਾ ਪ੍ਰਚਾਰ ਕੀਤਾ ਸਵੇਰੇ ਸ਼ਾਮ ਕਥਾ ਕੀਰਤਨ ਔਰ ਪਿੰਡਾਂ ਦੇ ਵਿੱਚ ਜਾ ਕੇ ਸਾਧ ਸੰਗਤਾਂ ਦੇ ਪ੍ਰੋਗਰਾਮ ਰੱਖ ਕੇ ਫਿਰ ਅੰਮਰ ਸੰਚਾਰ ਕਰਨਾ ਗੁਰਮਤਿ ਦਾ ਪ੍ਰਚਾਰ ਉਹਨਾਂ ਨੇ ਇਸ ਪਿੰਡ ਵਿੱਚ ਰਹਿ ਕੇ ਇਸ ਨੂੰ ਕੇਂਦਰ ਬਣਾ ਕੇ ਕੀਤਾ ਉਹਨਾਂ ਦੀ ਵਰਸੀ 25 ਤਰੀਕ ਦੀ ਹੈ ਕੱਲ ਮਨਾਈ ਗਈ ਹੈ ਤੇ ਉਹਨਾਂ ਤੋਂ ਬਰੋਸਾ ਹੈ ਹੋਏ ਸੰਤ ਬਾਬਾ ਨਰਮਰ ਸਿੰਘ ਜੀ ਔਰ ਭਾਈ ਹਰਪਜਨ ਸਿੰਘ ਜੀ ਉਹਨਾਂ ਦੀ ਵਰਸੀ ਅੱਜ ਹੈ ਪਾਵਕੇ ਸਮੁੱਚੀ ਵਰਸੀ ਮਨਾਈ ਜਾ ਰਹੀ ਹੈ तकरीबन 14 ਤਰੀਕ ਤੋਂ ਲੈ ਕੇ ਅਖੰਡ ਜਾਪਾਂ ਦੀਆਂ ਲੜੀਆਂ ਚੱਲਦੀਆਂ ਜਿਨ੍ਹਾਂ ਦੇ ਅੱਜ ਸਵੇਰੇ ਅੰਮ੍ਰਿਤ ਵੇਲੇ ਭੋਗ ਪਾਏ ਗਏ ਨੇ 14 ਤਰੀਕ 24 ਤਰੀਕ ਵਾਲੇ ਦਿਨ ਐਨ ਆਰ ਆਈ ਵੀਰਾਂ ਵੱਲੋਂ ਜਿਹੜਾ ਮੁਕਤ ਅੱਖਾਂ ਦਾ ਕੈਂਪ ਲਾਇਆ ਗਿਆ ਜਿਸ ਵਿੱਚ 13 ਮਰੀਜ਼ਾਂ ਦੇ ਲੈਂਜ ਪਾਏ ਗਏ ਔਰ ਮਹਤ ਅਨ ਕਾਤੇ ਦਵਾਈਆਂ ਬੰਡੀਆਂ ਗਈਆਂ ਐਨਰ ਵੀ ਵੀਰਾਂ ਦੀ ਸੇਵਾ ਸੀ ਔਰ ਸਿੱਖ ਸੰਗਤਾਂ ਤਨਮਨ ਧੰਦੇ ਨਾਲ ਬੇਅੰਤ ਸੇਵਾ ਕਰ ਰਹੀਆਂ ਨੇ ਫਿਰ ਕੱਲ ਦੀਵਾਨ ਸਾਨੂੰ ਜਿਸ ਵਿੱਚ ਸੰਪਰਦਾ ਦੇ ਪਿੰਡਰਾਂ ਵਾਲੀ ਦੇ ਔਰ ਹੋਰ ਮਹਾਂਪੁਰਖ ਸਿੰਘ ਸਾਹਿਬ ਉਹ ਆਏ ਉਹਨਾਂ ਨੇ ਕੱਲ ਗੁਰਮਤ ਦਾ ਪ੍ਰਚਾਰ ਕੀਤਾ ਅੱਜ ਵੀ ਸਵੇਰ ਤੋਂ ਲੈ ਕੇ ਖੁੱਲੇ ਦੀਵਾਨ ਵਿੱਚ ਪੰਡਾਲ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਜੋਬਤ ਸਿੱਖ ਸੰਗਤਾਂ ਆਨੰਦ ਮਾਰ ਰਹੀਆਂ ਨੇ ਮਹਾਂਪੁਰਖ ਔਰ ਅ ਕੁਇਸਰੀ ਢਾਡੀ ਰਾਗੀ ਜਥੇ ਗੁਰਮਤ ਦਾ ਪ੍ਰਚਾਰ ਕਰ ਰਹੇ ਨੇ ਸਾਰੇ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਬੇਅੰਤ ਕਿਰਪਾ ਹੈ 14 ਤਰੀਕ ਤੋਂ ਲੈ ਕੇ ਅੱਜ ਤੱਕ ਸਮਾਗਮ ਬੜੀ ਚੜ੍ਹਦੀ ਕਲਾ ਵਿੱਚ ਜਾ ਰਿਹਾ ਹੈ तकरीबन ਮੇਰੇ ਉਸਤਾਦ ਜਿਆਨੀ ਸੇਰ ਸਿੰਘ ਜੀ ਰਿਟਾਇਰਮੈਂਟ ਰਾਗੀ ਦਰਬਾਰ ਸਾਹਿਬ ਉਹਨਾਂ ਨੇ ਇੱਥੇ तकरीबन तकरीबन 14 ਸਾਲ ਬੱਚਾ ਨੂੰ ਗੁਰਮਤ ਦੀ ਵਿੱਦਿਆ ਔਰ ਜਿਹੜੀ ਸੰਗੀਤ ਦੀ ਵਿਦਿਆ ਸੰਤਿਆ ਸੁਧ ਉਹ ਕਰਾਉਂਦੇ ਰਹੇ ਬਾਬਾ ਨਰਮਲ ਸਿੰਘ ਜੀ ਦੇ ਹੁੰਦੇ ਜਿਹੜੀ ਜਿਹੜੀ ਸੇਵਾ ਉਹਨਾਂ ਨੇ ਸ਼ੁਰੂ ਕੀਤੀ ਹੈ ਉਹ ਹਜੇ ਤੱਕ ਚੱਲ ਰਹੀ ਹੈ ਹਾਂਜੀ ਉਸ ਤੋਂ ਬਾਅਦ 1990 ਤੋਂ ਬਾਅਦ ਫਿਰ ਦਾਸ ਇਸ ਸਥਾਨ ਤੇ ਵਿਦਿਆਰਥੀ ਰੂਪ ਵਿੱਚ ਆ ਗਿਆ ਨਹੀਂ ਸੇਰ ਸਿੰਘ ਜੀ ਤੋਂ ਸਿੱਖਣ ਵਾਸਤੇ ਉਹਨਾਂ ਨੇ 93 ਵਿੱਚ ਚੜ੍ਹਾਈ ਕੀਤੀ ਔਰ ਉਸ ਤੋਂ ਬਾਅਦ ਫਿਰ ਦਾਸ ਜਿਨਨੇ ਕੋ ਮੱਤਬ ਵਿਚ ਸੋਚੀ ਬਖਸ਼ਿਸ਼ ਕੀਤੀ ਹੈ ਗੁਰੂ ਸਾਹਿਬ ਜੀ ਨੇ ਉਹਦੇ ਮੁਤਾਬਕ ਅ ਸੰਗੀਤ ਵਿਦਿਆ ਦਾ ਸੁੱਧ ਸੰਥਿਆ ਸੰਗਾਂ ਨੂੰ ਪੜਾਉਣ ਦੀ ਸੇਵਾ ਜਿੰਨੇ ਕੁ ਮਿਲੀ ਆ ਉਹ ਆਪਦੇ ਤਨ ਦੁਆਰਾ ਕਰੀ ਜਾਂਦੇ ਸਾਰੀਆਂ ਸੰਗਤਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਿਦੇਸ਼ਾਂ ਦੀਆਂ ਸੰਗਤਾਂ ਦਾ ਜੋ ਵੀ ਤੁਗਲ ਨਿਵਾਸੀ ਮੇਰੇ ਵੀਰ ਜਾਂ ਮੇਰੀਆਂ ਭੈਣਾਂ ਮੇਰੇ ਬਜ਼ੁਰਗ ਮੇਰੀਆਂ ਮਾਤਾਵਾਂ ਮੇਰੀਆਂ ਬੱਚੀਆਂ ਮੇਰੇ ਬੱਚੇ ਜੋ ਵੀ ਵਿਦੇਸ਼ ਵਿੱਚ ਰਹਿੰਦੇ ਨੇ ਉਹਨਾਂ ਦਾ ਧੰਨਵਾਦ ਹੈ ਕਿਉਂਕਿ ਉਹਨਾਂ ਨੇ ਉਹ 2015 ਮਈ ਤੋਂ ਲੈ ਕੇ ਜੋ ਦਰਬਾਰ ਸਾਹਿਬ ਬਿਲਡਿੰਗ ਬਣ ਰਹੀ ਹੈ ਉਹਦੇ ਵਿੱਚ ਬਹੁਤ ਯੋਗਦਾਨ ਪਾਇਆ ਬਹੁਤ ਹਿੱਸਾ ਪਾਇਆ ਧਨ ਕਰਕੇ بڑا ਹਿੱਸਾ ਪਾਇਆ ਤੇ ਇਥੋਂ ਨਗਰ ਨਿਵਾਸੀ ਜੋ ਤੁਗੜ ਨਿਵਾਸੀ ਆ ਉਹਨਾਂ ਨੇ ਸਹਿਰ ਕਰਕੇ ਵੀ ਹਿੱਸਾ ਪਾਇਆ ਆਪਣੇ ਧਨ ਕਰਕੇ ਵੀ ਹਿੱਸਾ ਪਾਇਆ ਜੋ ਬਿਲਡਿੰਗ ਤਕਰੀਬਨ ਸਤਗੁਰੂ ਸੱਚੇ ਪਾਤਸ਼ਾਹਾ ਕਿਰਪਾ ਕਰਨ ਜਿਹੜਾ 550 ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜੀ ਦਾ ਅਵਤਾਰ ਪੁਰਬ ਆ ਰਿਹਾ ਉਸ ਦੇ ਉੱਤੇ ਸਤਿਗੁਰੂ ਸੱਤੇਪਾ ਸਾਹਿਬ ਦਾ ਪਹਿਲਾ ਪ੍ਰਕਾਸ਼ ਕਰਨ ਵਾਸਤੇ ਤਿਆਰੀ ਕੀਤੀ ਜਾ ਰਹੀ ਹੈ ਉਦੋਂ ਪਹਿਲਾ ਪ੍ਰਕਾਸ਼ ਹੋ ਜਾਣਾ ਮੈਂ ਇਹ ਜੋ ਬਿਲਡਿੰਗ ਦੇ ਵਿੱਚ ਜਿਨ੍ਹਾਂ ਨੇ ਗੁਰੂ ਕੇ ਦਰਬਾਰ ਸਾਹਿਬ ਵਿੱਚ ਜਿਨ੍ਹਾਂ ਨੇ ਹਿੱਸਾ ਪਾਇਆ ਧਰਮਨ ਧੰਦੇ ਨਾਲ ਸੇਵਾ ਕੀਤੀ ਹੈ ਮੈਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਦਾ ਵਿਦੇਸੀ ਸੰਗਤਾਂ ਦਾ ਵੀ ਇਥੋਂ ਵਾਲੀਆਂ ਸੰਗਤਾਂ ਦਾ ਵੀ ਗੁਰੂ ਸਰ ਸਧਾਰਤੋਂ ਜਸਵੀਰ ਹੇਰਾ ਸਣੀ ਸੁਜਾਪੁਰ ਪੈਰੇ ਦਾ ਟੀਵੀ